ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਵਿੱਚ ਆਪਾਂ ਕਵਰ ਕਰ ਰਹੇ ਹਾਂ ਕੰਪਿਊਟਰ ਜੀਕੇ ਰਿਲੇਟਡ ਟਾਪ MCQ ਜੋ ਕਿ ਆਉਣ ਵਾਲੇ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੇ ਨੇ। ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਦੇਣਾ ਹੈ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਇਸ ਵਿੱਚ ਜੋ ਆਪਾਂ ਕੰਪਿਊਟਰ MCQ ਕਵਰ ਕਰ ਰਹੇ ਹਾਂ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਨੇ। ਤਾਂ ਦੋਸਤੋ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਚਾਹੁੰਦੇ ਹੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ क्वेश्चन नंबर 1 एमएस वर्ड किस दी एक उदाहरण है तो राइट आंसर है एप्लीकेशन सॉफ्टवेयर ठीक है जी एमएस वर्ड एक एप्लीकेशन सॉफ्टवेयर है कंट्रोल शिफ्ट और द अल्ट नु की कहंदे ਦਾ ਰਾਈਟ ਆਨਸਰ ਹੈ ਮੋਡੀਫਾਇਰ ਕੀ ਠੀਕ ਹੈ ਜੀ ਜਿਵੇਂ ਕਿ ਜੋ ਕੀਬੋਰਡ ਤੇ ਵੱਖ-ਵੱਖ ਤਰ੍ਹਾਂ ਦੀਆਂ ਕੀਜ਼ ਹੁੰਦੀਆਂ ਨੇ ਜੋ ਕੰਟਰੋਲ ਸ਼ਿਫਟ ਅਤੇ ਅਲਟ ਹੈ ਇਹਨਾਂ ਨੂੰ ਜੋ ਮੋਡੀਫਾਇਰ ਕੀ ਕਿਹਾ ਜਾਂਦਾ ਹੈ ਇੱਕ ਕੰਪਿਊਟਰ ਬੂਟ ਨਹੀਂ ਕਰ ਸਕਦਾ ਜੇਕਰ ਇਸ ਵਿੱਚ ਡੈਸ਼ ਨਹੀਂ ਹੈ ਤਾ ਰਾਈਟ ਆਨਸਰ ਹੈ ኦਪਰੇਟਿੰਗ ਸਿਸਟਮ ਠੀਕ ਹੈ ਜੀ ኦਪਰੇਟਿੰਗ ਸਿਸਟਮ ਤੋਂ ਬਿਨਾ ਕੰਪਿਊਟਰ ਬੂਟ ਨਹੀਂ ਕਰ ਸਕਦਾ ਮਤਲਬ ਕਿ ਆਪਾਂ ਆਮ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਇਸਤੇ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ ਜੰਕ ਈਮੇਲ ਨੂੰ ਕੀ ਕਿਹਾ ਜਾਂਦਾ ਹੈ ਤਾ ਰਾਈਟ ਆਨਸਰ ਹੈ ਸਪੈਮ ਠੀਕ ਹੈ ਜੀ ਜੋ ਵੀ ਐਕਸਟਰਾ ਮੇਲਸ ਹੁੰਦੀਆਂ ਨੇ ਆਪਾਂ ਨੂੰ ਆਉਂਦੀਆਂ ਰਹਿੰਦੀਆਂ ਨੇ ਕੋਈ ਐਡਵਰਟਾਈਜ਼ਮੈਂਟ ਰਿਲੇਟਡ ਜਾਂ ਹੋਰ ਠੀਕ ਹੈ ਜੀ ਇਹ ਸਾਰੀਆਂ ਆਪਾਂ ਨੂੰ ਜੋ Gmail ਅੰਦਰ ਜੋ ਆਪਾਂ ਨੂੰ ਇੱਕ ਫੋਲਡਰ ਮਿਲਦਾ ਹੈ ਸਪੈਮ ਉੱਥੇ ਨਹੀਂ ਦੇਖਣ ਨੂੰ ਮਿਲਦੀਆਂ ਨੇ ਕਿਸੇ ਵਿਅਕਤੀ ਦੁਆਰਾ ਆਪਣੀ ਪਛਾਣ ਨੂੰ ਝੂਠਾ ਦੱਸ ਕੇ ਤੁਹਾਡੇ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਫਿਸ਼ਿੰਗ ਸਕੈਮ ਠੀਕ ਹੈ ਜੀ ਜੋ ਇਹ ਸਾਰੀ ਘਟਨਾ ਹੁੰਦੀ ਹੈ ਇਸ ਨੂੰ ਫਿਸ਼ਿੰਗ ਸਕੈਮ ਦੇ ਅੰਦਰ ਲਿਆ ਜਾਂਦਾ ਹੈ ਮੂਲ ਰੂਪ ਵਿੱਚ ਤੁਹਾਡੇ ਡਾਕੂਮੈਂਟ ਕਿਸ ਮੋਡ ਵਿੱਚ ਪ੍ਰਿੰਟ ਹੁੰਦੇ ਹਨ ਤਾਂ ਰਾਈਟ ਆਨਸਰ ਹੈ ਪੋਰਟਰੇਟ ਠੀਕ ਹੈ ਜੀ ਜੋ ਬਾਈ ਡਿਫਾਲਟ ਯੂ ਸੈਟਿੰਗ ਹੁੰਦੀ ਹੈ ਉਹ ਪੋਰਟਰੇਟ ਅੰਦਰ ਹੁੰਦੀ ਹੈ ਕਿਹੜਾ ਇੱਕ ਸੌਫਟਵੇਅਰ ਪ੍ਰੋਗਰਾਮ ਹੈ ਜੋ ਵੈਬ ਪੰਨਿਆਂ ਨੂੰ ਦੇਖਣ ਲਈ ਵਰਤਿਆ ਜਾਂਦਾ ਹੈ ਤਾਂ রাইਟ ਆਨਸਰ ਹੈ ਬ੍ਰਾਊਜ਼ਰ ਠੀਕ ਹੈ ਜੀ ਬ੍ਰਾਊਜ਼ਰ ਦੀ ਜੋ ਵਰਤੋਂ ਕਰਕੇ ਆਪਾਂ ਜੋ ਵੱਖ-ਵੱਖ ਵੈਬਸਾਈਟਾਂ ਤੇ ਵਿਜ਼ਿਟ ਕਰਦੇ ਹਾਂ RAM ਕਿਤੇ ਸਥਿਤ ਹੁੰਦੀ ਹੈ ਤਾਂ ਰਾਈਟ ਆਨਸਰ ਹੈ ਮਦਰ ਬੋਰਡ ਠੀਕ ਹੈ ਜੀ ਜੋ RAM ਹੁੰਦੀ ਹੈ ਇਹ ਮਦਰ ਬੋਰਡ ਤੇ ਪਾਈ ਜਾਂਦੀ ਹੈ ਇੱਕ ਕੰਪਿਊਟਰ ਵਿੱਚ ਸ਼ਾਮਲ ਹੁੰਦੇ ਹਨ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਠੀਕ ਹੈ ਜੀ ਉਪਰੋਕਤ ਸਾਰੇ ਹੀ ਜੋ ਇੱਕ ਕੰਪਲੀਟ ਕੰਪਿਊਟਰ ਅੰਦਰ ਪਾਈ ਜਾਂਦੇ ਹਨ ਚਾਰਲਸ ਬੇਬिज ਦੁਆਰਾ ਤਿਆਰ ਕੀਤੇ ਗਏ ਪਹਿਲੇ ਮੈਕੈਨੀਕਲ ਕੰਪਿਊਟਰ ਨੂੰ ਕੀ ਕਿਹਾ ਗਿਆ ਸੀ ਦਾ ਰਾਈਟ ਆਨਸਰ ਹੈ ਐਨੈਲੈਟਿਕਲ ਇੰਜਨ ਠੀਕ ਹੈ ਜੀ ਜੋ ਫਸਟ ਕੰਪਿਊਟਰ ਤਿਆਰ ਕੀਤਾ ਗਿਆ ਸੀ ਚਾਰਲਸ ਬੈਬੇਜ ਦੁਆਰਾ ਇਸ ਨੂੰ ਐਨੈਲੈਟਿਕਲ ਇੰਜਨ ਕਿਹਾ ਜਾਂਦਾ ਹੈ ਸੀ ਬੇਸਿਕ ਕਬੋਲ ਜਾਵਾ ਕਿਸ ਭਾਸ਼ਾ ਦੀਆਂ ਉਦਾਹਰਨਾਂ ਹਨ ਤਾਂ ਰਾਈਟ ਆਨਸਰ ਹੈ ਹਾਈ ਲੈਵਲ ਠੀਕ ਹੈ ਜੀ ਜੋ ਇਹ ਸਾਰੀਆਂ ਲੈਂਗੁਏਜ ਨੇ ਇਹਨਾਂ ਨੂੰ ਹਾਈ ਲੈਵਲ ਲੈਂਗੁਏਜ ਕਿਹਾ ਜਾਂਦਾ ਹੈ ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਛੋਟਾ ਸਿੰਗਲ ਸਾਈਟ ਨੈਟਵਰਕ ਨੂੰ ਦਰਸਾਉਂਦਾ ਹੈ ਤਾਂ ਰਾਈਟ ਆਨਸਰ ਹੈ ਲੈਨ ਠੀਕ ਹੈ ਲੈਨ ਮਤਲਬ ਕਿ ਲੋਕਲ ਏਰੀਆ ਨੈਟਵਰਕ यूएस बी किस किस्म की स्टोरेज डिवाइस है, है। तो राइट आंसर है सेकेंडरी ठीक है यूएस बी एक सेकेंडरी डिवाइस है डिजिटल सिस्टम की सब तो छोटी इकाई कही है ਦਾ ਰਾਈਟ ਆਨਸਰ ਹੈ ਬਿਟ ਠੀਕ ਹੈ ਜੋ ਬਿਟ ਹੈ ਇੱਕ ਡਿਜੀਟਲ ਸਿਸਟਮ ਦੀ ਸਭ ਤੋਂ ਛੋਟੀ ਇਕਾਈ ਹੈ ਇੱਕ ਈਮੇਲ ਅਕਾਊਂਟ ਵਿੱਚ ਇੱਕ ਸਟੋਰੇਜ ਖੇਤਰ ਸ਼ਾਮਲ ਹੁੰਦਾ ਹੈ ਜਿਸ ਨੂੰ ਅਕਸਰ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਮੇਲਬਾਕਸ ਠੀਕ ਹੈ ਜੋ ਆਪਣੀ ਈਮੇਲ ਆਈਡੀ ਹੁੰਦੀ ਹੈ ਐਂਡ ਉੱਥੇ ਆਪਾਂ ਨੂੰ ਇਨਬਾਕਸ ਵਿੱਚ ਜੋ ਆਪਾਂ ਨੂੰ ਮੇਲਾਂ ਦੇਖਣ ਨੂੰ ਮਿਲਦੀਆਂ ਨੇ ਉਸ ਨੂੰ ਮੇਲਬਾਕਸ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਕਿਹੜਾ ਸਟੋਰੇਜ ਡਿਵਾਈਸ ਹੈ? ਤਾਂ ਰਾਈਟ ਆਨਸਰ ਹੈ ਉਪਰੋਕਤ ਸਾਰੇ। ਠੀਕ ਹੈ ਜੀ ਜੋ ਤਿੰਨੋਂ ਨੇ ਇਹ ਸਟੋਰੇਜ ਡਿਵਾਈਸ ਨੇ। ਇੱਕ ਕੰਪਿਊਟਰ ਇੱਕ ਡੈਸ਼ ਨੰਬਰ ਸਿਸਟਮ ਉੱਤੇ ਕੰਮ ਕਰਦਾ ਹੈ ਤਾਂ ਰਾਈਟ ਆਨਸਰ ਹੈ ਬਾਈਨਰੀ ਸਿਸਟਮ ਠੀਕ ਹੈ ਕੰਪਿਊਟਰ ਇੱਕ ਬਾਈਨਰੀ ਨੰਬਰ ਸਿਸਟਮ ਉੱਤੇ ਕੰਮ ਕਰਦਾ ਹੈ ਐਮ ਆਈ ਪੀ ਐਸ ਯੂਨਿਟ ਦੀ ਵਰਤੋਂ ਕਿਸ ਦੀ ਗਤੀ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਦਾ ਰਾਈਟ ਆਨਸਰ ਹੈ ਪ੍ਰੋਸੈਸਰ ਠੀਕ ਹੈ ਜੀ ਜੋ ਐਮ ਆਈ ਪੀ ਐਸ ਯੂਨਟ ਦੀ ਵਰਤੋਂ ਪ੍ਰੋਸੈਸਰ ਦੀ ਗਤੀ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਐਂਡ ਜੋ ਐਮ ਆਈ ਪੀ ਐਸ ਦੀ ਜੋ ਫੋਲੋ ਫਾਰਮ ਹੈ ਮਿਲੀਅਨ ਇਨਸਟਰਕਸ਼ਨਸ ਪਰ ਸੈਕਿੰਡ ਠੀਕ ਹੈ ਜੀ ਮਿਲੀਅਨ ਇਨਸਟਰਕਸ਼ਨਸ ਪਰ ਸੈਕਿੰਡ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਵਿੱਚ ਜਾਣ ਨੂੰ ਕੀ ਕਿਹਾ ਜਾਂਦਾ ਹੈ ਦਾ ਰਾਈਟ ਆਨਸਰ ਹੈ ਬ੍ਰਾਊジング ਠੀਕ ਹੈ ਜੀ ਇਸ ਨੂੰ ਬ੍ਰਾਊジング ਕਿਹਾ ਜਾਂਦਾ ਹੈ ਇੰਟਰਨੈਟ ਕਨੈਕਸ਼ਨ ਲਈ ਕਿਹੜੀ ਡਿਵਾਈਸ ਦੀ ਲੋੜ ਹੁੰਦੀ ਹੈ ਤਾਂ ਰਾਈਟ ਆਨਸਰ ਹੈ ਮੋਡਮ ਠੀਕ ਹੈ ਜੀ ਇਸ ਨੂੰ ਮੋਡਮ ਕਿਹਾ ਜਾਂਦਾ ਹੈ ਹਾਂ ਦੋਸਤੋ ਅੱਜ ਦੇ ਜੋ ਟੌਪ 20 MCQ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਹੈ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ